ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸਤਨਾਮ ਸਿੰਘ ਹੈ ਐਂਡ ਮੈਂ SFC ਫਾਊਂਡੇਸ਼ਨ ਚੰਡੀਗੜ੍ਹ ਯੂਨਿਟ ਦਾ ਸੰਪੂਰਨ ਡਿਪਾਰਟਮੈਂਟ ਦਾ ਹੈੱਡ ਹਾਂ। ਜੋ ਸਾਡੀ SFC ਫਾਊਂਡੇਸ਼ਨ ਹੈ ਇਹ 2018 'ਚ ਫਾਊਂਡ ਹੋਈ ਸੀ ਅਤੇ ਇਸ 'ਚ 3 ਪ੍ਰੋਜੈਕਟ 'ਤੇ ਅਸੀਂ ਕੰਮ ਕਰਦੇ ਹਾਂ। ਫਸਟ ਹੈ ਸੰਪੂਰਨ, ਇਸ 'ਚ ਅਸੀਂ ਕਿਆ ਕਰਦੇ ਹਾਂ, ਜੋ ਓਲਡ ਏਜ ਹੋਮਸ 'ਚ ਸਾਡੇ ਬਜ਼ੁਰਗ ਨੇ, ਅਸੀਂ ਮੇਨਲੀ ਉਹਨਾਂ ਨਾਲ ਜਾ ਕੇ ਐਕਟੀਵਿਟੀਜ਼ ਕਰਦੇ ਹਾਂ, ਉਹਨਾਂ ਨੂੰ ਨਵੀਂ ਨਵੀਂ ਚੀਜ਼ਾਂ ਸਿਖਾਉਂਦੇ ਹਾਂ, ਉਹਨਾਂ ਨੂੰ ਨਵੀਂ ਨਵੀਂ ਚੀਜ਼ਾਂ ਸਿੱਖਦੇ ਹਾਂ ਅਤੇ ਉਹਨਾਂ ਨਾਲ ਜਿੰਨੀ ਵੀ ਤਰੀਕੇ ਦੀ ਅਸੀਂ ਐਕਟੀਵਿਟੀਜ਼ ਕਰ ਸਕਦੇ ਹਾਂ, ਜਿਵੇਂ ਉਹਨਾਂ ਨਾਲ ਗੱਲਾਂ ਕਰਨਾ, ਉਹਨਾਂ ਦੀ ਚੀਜ਼ਾਂ ਦੇਖਣਾ ਕਿ ਉਹਨਾਂ 'ਚ ਕਿਆ ਟੈਲੈਂਟ ਹੈ ਅਤੇ ਉਹ ਕਿਆ ਸਾਨੂੰ ਸਿਖਾ ਸਕਦੇ ਹੈ, ਅਸੀਂ ਸਭ ਕੁਛ ਦੇਖਦੇ ਨੇ। ਉਹਨਾਂ ਨੂੰ ਟ੍ਰੀਟ ਕਰਾਉਂਦੇ ਨੇ ਕਿ ਉਹਨਾਂ ਦੀ ਫਿਕਰ ਕਰਨ ਵਾਲਾ ਵੀ ਕੋਈ ਹੈਗਾ। ਅਤੇ ਦੂਸਰੀ ਯੂਨਿਟ ਹੈ ਗਿਆਨ, ਇਸ 'ਚ ਅਸੀਂ ਮੇਨਲੀ ਕੀ ਕਰਦੇ ਨੇ, ਜਿਹੜੇ ਬੱਚੇ ਹੁੰਦੇ ਨੇ ਜਿਹੜੇ ਪੜ੍ਹ ਨਹੀਂ ਸਕਦੇ, ਜਿਨ੍ਹਾਂ ਨੂੰ ਅਨਪ੍ਰਿਵਿਲੇਜਡ ਪੀਪਲ ਹੈ, ਜੋ ਮੇਨਲੀ ਸਮ ਏਰੀਆ 'ਚ, ਅਸੀਂ ਉਹਨਾਂ ਨਾਲ ਇਵੈਂਟ ਘਟਾਉਂਦੇ ਰਹਿੰਦੇ ਨੇ। ਮੇਨਲੀ ਗਿਆਨ ਦਾ ਮਤਲਬ ਇਹੀ ਹੈ ਕਿ ਬੱਚਿਆਂ ਨੂੰ ਗਿਆਨ ਦੇਣਾ। ਅਸੀਂ ਮੇਨਲੀ ਗਿਆਨ ਡਿਪਾਰਟਮੈਂਟ ਦੇ ਜ਼ਰੀਏ ਅਸੀਂ ਕੀ ਕਰਦੇ ਨੇ, ਜੋ ਬੱਚੇ ਨੇ ਉਹਨਾਂ ਨੂੰ ਅਸੀਂ ਫ੍ਰੀ 'ਚ ਐਜੂਕੇਸ਼ਨ ਦਿੰਦੇ ਨੇ। ਸਾਡੀ ਟੀਮ ਹੈ, ਅਸੀਂ ਸਲਮ ਏਰੀਆ ਡਿਵਾਈਡ ਕੀਤੇ ਹੋਏ ਨੇ ਸਾਰੇ, 25 'ਚ ਵੀ ਜਾਂਦੇ ਨੇ, ਮੇਨਲੀ ਅਸੀਂ 38 'ਚ ਜਾਂਦੇ ਨੇ। ਅਸੀਂ 38 'ਚ ਲਾਸਟ 3-4 ਜੋ ਈਵੈਂਟਸ ਹੋਏ ਆ ਮੇਨਲੀ ਅਸੀਂ ਉੱਥੇ ਕਰਾਏ ਨੇ ਅਤੇ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰੀ। ਅਤੇ ਤੀਸਰਾ ਹੈ ਜੋ ਸਾਡਾ ਉਹ ਵਾਤਾਵਰਨ ਹੈ, ਅਤੇ ਮੇਨਲੀ ਵਾਤਾਵਰਨ 'ਚ ਕੀ ਆ, ਅਸੀਂ ਇਨਵਾਇਰਮੈਂਟ ਦੇ ਰਿਲੇਟਡ ਕੰਮ ਕਰਦੇ ਹਾਂ। ਸੋ ਮੇਨਲੀ ਜੋ ਜਿਵੇਂ ਅਸੀਂ ਬਰਡ ਫੀਡਰਸ ਬਣਾ ਤੇ, ਪਲਾਂਟਸ ਕਰਦੇ, ਅਸੀਂ ਪਲਾਂਟਸ ਲਗਾ ਤੇ, ਮੇਨਲੀ ਉਹ ਚੀਜ਼ਾਂ ਲਈ ਅਸੀਂ ਕਰਦੇ ਹਾਂ। ਐਂਡ ਮੇਨਲੀ ਜੋ ਸਾਡੀ NGO ਹੈ, ਇਹਦੀ ਬ੍ਰਾਂਚਿਸ ਬਹੁਤ ਜਗ੍ਹਾ ਹੈ, ਜਿਵੇਂ ਜਲੰਧਰ, ਦਿੱਲੀ, ਮੁੰਬਈ ਅਤੇ ਜੈਪੁਰ ਵੀ, ਅਤੇ ਜੋ ਇਹਦੀ ਮੇਨ ਬ੍ਰਾਂਚ ਹੈ ਉਹ ਚੰਡੀਗੜ੍ਹ ਯੂਨਿਟ ਹੈ। ਅਤੇ ਅਸੀਂ ਬਹੁਤ ਸਾਰੇ ਇਵੈਂਟਸ ਕਰਾਉਂਦੇ ਨੇ, ਜਿਵੇਂ ਦਿਵਾਲੀ ਦੇ ਟਾਈਮ ਅਸੀਂ ਕੀ ਕੀਤਾ ਸੀ, ਅਸੀਂ ਨੂਰੇ ਦਿਵਾਲੀ ਇਵੈਂਟ ਚਲਾਇਆ ਸੀ। ਉਸ 'ਚ ਕੀ ਕੀਤਾ ਸੀ, 25 ਸੈਕਟਰ 'ਚ ਇੱਕ ਲੇਡੀ ਨੇ ਅਤੇ ਉਹ ਗੋਬਰ ਦੇ ਦੀਏ ਬਣਾਉਂਦੇ ਨੇ, ਅਤੇ ਮੇਨਲੀ ਗੋਬਰ ਦੇ ਦੀਏ ਅਸੀਂ ਔਰਗੈਨਿਕ ਖਾਦ ਲਈ ਯੂਜ਼ ਕਰ ਸਕਦੇ ਹਾਂ। ਅਤੇ ਮੇਨਲੀ ਉਹਨਾਂ ਦੇ ਅਸੀਂ ਦੀਏ ਸੈੱਲ ਕਰਾਏ ਸੀ ਅਤੇ ਉਹਨਾਂ ਨੂੰ ਅਸੀਂ ਰੋਜ਼ਗਾਰ ਦਿੱਤਾ ਸੀ। ਅਤੇ ਐਵੇਂ ਅਸੀਂ ਬਹੁਤ ਇਵੈਂਟਸ ਕਰਾਏ ਨੇ, ਅਸੀਂ ਸਲਮ ਏਰੀਆ 'ਚ ਵੀ ਜਾਂਦੇ ਰਹਿੰਦੇ ਨੇ ਅਤੇ ਬਹੁਤ ਸਾਰੇ ਇਵੈਂਟਸ ਕਰਾਉਂਦੇ ਰਹਿੰਦੇ ਨੇ। ਸੈਲਫ ਡਿਫੈਂਸ ਦਾ ਕੁੜੀਆਂ ਲਈ ਮੇਨਲੀ ਅਸੀਂ ਇਵੈਂਟ ਕਰਵਾਇਆ ਸੀ ਔਨਲਾਈਨ, ਅਤੇ ਇਸ ਵਾਰ ਉਹ ਫਿਜ਼ੀਕਲ ਵੀ ਹੋਏਗਾ। ਅਤੇ ਮੇਨਲੀ ਅਸੀਂ ਬਹੁਤ ਇਵੈਂਟਸ ਕਰਾਏ ਨੇ ਅਤੇ ਅੱਗੇ ਵੀ ਕਰਾਉਂਦੇ ਰਹਿਣਗੇ, ਅਤੇ ਬਾਕੀ ਜਿਹੜੇ ਪਰਸਨ ਸਾਡੇ ਨਾਲ ਜੁਆਇਨ ਕਰਨਾ ਚਾਹੁੰਦੇ ਆ ਉਹ ਜੁਆਇਨ ਕਰ ਸਕਦੇ ਆ ਜੀ। ਥੈਂਕ ਯੂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਧੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।